ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਵੀਡੀਓ ਨਾ ਉਹਨਾਂ ਲਈ ਹੈ ਜਿਹੜਾ ਮੰਗ ਕੇ ਖਾਂਦੇ ਨੇ ਠੀਕ ਹੈ ਇਹਨਾਂ ਨੂੰ ਮੰਗਣ ਦੀ ਆਦਤ ਹੈ ਬੇਲੇ ਨੇ ਉਹਨਾਂ ਲਈ ਇਹ ਵੀਡੀਓ ਮੂੰਹ ਤੇ ਚਪੇੜ ਆ ਬਾਈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਝੋਨਾ ਤੇ ਆ 13 1/2 ਫੁੱਟ ਦੀ ਟਰਾਲੀ ਹੈ ਜੀ 13 2/13 2/6 ਆ ਤੁਸੀਂ ਦੇਖ ਸਕਦੇ ਹੋ ਬਾਈ ਇਹ ਬਾਈ ਨੇ ਸਾਹਮਣੇ ਉਹ ਲੱਡੂ ਹੈ ਇਹਨੇ ਇਹ ਸਾਰਾ ਭਰਿਆ ਬਾਈ ਇਹ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਸੀਗਾ ਵੀ ਜਿਹੜੇ ਮਿਹਨਤ ਕਰਦੇ ਨੇ ਹਨਾ ਉਹਨਾਂ ਲਈ ਕੁਝ ਵੀ ਵੱਡਾ ਨਹੀਂ ਹੁੰਦਾ ਬਾਈ ਠੀਕ ਹੈ ਤੇ ਕੁਝ ਵੀ ਛੋਟਾ ਨਹੀਂ ਹੁੰਦਾ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਹੌਂਸਲੇ ਚ ਰਹਿੰਦੇ ਨੇ ਠੀਕ ਹੈ ਇਹ ਚੀਜ਼ਾਂ ਅੱਜ ਦੇ ਟਾਈਮ 'ਚ ਬਾਈ ਇਹ ਲੋਪ ਹੋ ਰਹੀਆਂ ਨੇ ਇਹੋ ਜਿਹੇ ਬੰਦੇ ਆਪਣੇ ਕੋਲੇ ਬਹੁਤ ਘੱਟ ਰਹੇ ਨੇ ਵਿੱਚ ਵਿੱਚ ਹੈਗੇ ਨੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਯਾਰ ਜਿਹੜੇ ਜਿਹੜੇ ਹੈਗੇ ਨੇ ਤੇ ਉਹਨਾਂ ਲਈ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਹੈ ਬਾਈ ਹੁਣ ਜੇ ਆਪਾਂ ਗੱਲ ਕਰੀਏ ਹਨਾ ਬਈ ਜਿਹੜਾ ਮਿਹਨਤ ਕਰਦਾ ਹੈ ਉਹਦੇ ਚ ਜਿਹੜੀਆਂ ਟੈਕਨੀਕ ਹੁੰਦੀਆਂ ਨੇ ਹਨਾ ਉਹ ਆਪਣੇ ਆਪ ਆ ਜਾਂਦੀਆਂ ਹੁੰਦੀਆਂ ਨੇ ਜੇ ਮੈਂ ਗੱਲ ਕਰਾਂ ਮੈਂ ਇੱਥੇ ਲਾਤੀ ਸੀ ਟਰਾਲੀ ਜੇ ਮੈਂ ਹੁੰਦਾ ਆਪਣੀ ਗੱਲ ਕਰਦਾ ਵੀ ਮੈਂ ਇੱਥੋਂ ਪਰ ਨਹੀਂ ਸ਼ੁਰੂ ਕਰਦਾ ਇੱਥੋਂ ਪਰਦਾ ਐਵੇਂ 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 ਆਉਂਦਾ ਪਰ ਇਹ ਬੰਦੇ ਨੇ ਇੱਥੋਂ ਸਟਾਰਟ ਕੀਤੀ ਕੰਦਕ ਨਹੀਂ ਜੀਰੀ ਸੀ ਬਈ ਉਹ ਖੁੰਝਾ ਦੱਬਿਆ ਤੇ ਉਹਦੇ ਨਾਲ ਕੀ ਹੋਇਆ ਬਈ ਆ ਜਿਹੜਾ ਆ ਇਹ ਇਹ ਨੇ ਰੈਂਪ ਦਾ ਕੰਮ ਕਰ ਲਿਆ ਹਨਾ ਜਿਹੜਾ ਕੰਮ ਕਰਦਾ ਬਈ ਉਹ ਤਕਨੀਕਾਂ ਉਹਨੂੰ ਆਉਂਦੀ ਹੀ ਹੁੰਦੀਆਂ ਨੇ ਕਿਉਂਕਿ ਉਹਨੇ ਕਰਿਆ ਹੁੰਦਾ ਉਹੀ ਗੱਲ ਵੀ ਯਾਰ ਪੜੇ ਨਾਲੋਂ ਕੜਿਆ ਚੰਗਾ ਹੰਡਿਆ ਹੋਇਆ ਬੰਦਾ ਜਿਹੜਾ ਹੁੰਦਾ ਉਹ ਬੰਦਾ ਯਾਨੀ ਕਿ ਹੰਡਾ ਜਾਂਦਾ ਹੁੰਦਾ ਤੇ ਇਹਨੇ ਪਹਿਲਾਂ ਆ ਥਲੜਾ ਉੱਪਰਲਾ ਡਾਲਾ ਸੀ ਜਿਹੜਾ ਉਹ ਤਾਂ ਉੱਪਰ ਹੀ ਕਰਿਆ ਪਿਆ ਸੀ ਬਈ ਥਲੜਾ ਡਾਲਾ ਖੁੱਲਾ ਸੀਗਾ ਤੇ ਇਹ ਤੋਂ ਚੜਕਿਆ ਕਰਾ ਇਹਨੇ ਰੈਂਪ ਦਾ ਕੰਮ ਕੀਤਾ ਤੇ ਅੱਗੇ ਆ ਬੱਠੜਾਂ ਨਾਲ ਬਈ ਇਹ ਭਰਦਾ ਗਿਆ ਤੇ ਜੋਂ-ਜੋਂ ਭਰਦਾ ਗਿਆ ਪਿੱਛੇ ਆਈ ਗਿਆ ਪਹਿਲਾਂ ਲੱਡੂ ਨੇ ਇਹਦਾ ਨਾਮ ਬਾਈ ਦਾ ਨਾਮ ਲੱਡੂ ਹੈ ਤੇ ਪਹਿਲਾਂ ਥਲੜਾ ਡਾਲਾ ਡਾਇਆ ਤੇ ਉਸ ਤੋਂ ਬਾਅਦ ਉੱਪਰਲਾ ਤੇ ਪਰ ਐਂ ਵੀ ਇਹ ਚੀਜ਼ ਦੀ ਜਿਹੜੀ ਸਕੀਮ ਸੀ ਮੇਨ ਗੱਲ ਸਕੀਮ ਦੀ ਆ ਬਾਈ ਵੀ ਆ ਸਕੀਮ ਦੇਖੋ ਵੀ ਇਹਨੇ ਇਹ ਸਕੀਮ ਨਾਲ ਇਹਨੇ ਬੜਿਆ ਸੁਖਾਲੇ ਸੌਖੇ ਤਰੀਕੇ ਨਾਲ ਜਾਨੀ ਕਿ ਟਰਾਲਾ ਲਾ ਲਓ ਟਰਾਲੀ ਲਾ ਲਓ ਇਹਨੂੰ ਭਰ ਦਿੱਤਾ ਬਾਈ ਤੇ ਬਹੁਤ ਯਾਰ ਇੱਕ ਹੋਰ ਹੈ ਬੰਦੇ ਨੇ ਬਹੁਤ ਹੀ ਜਾਨੀ ਕਿ ਰੂਹਦਾਰੀ ਨਾਲ ਇੱਕ ਦਿਲੋਂ ਕੰਮ ਕੀਤਾ ਬਾਈ ਜਿੱਥੋਂ ਯਾਰ ਦਿਲੋਂ ਹੋਊਗਾ ਉੱਥੇ ਕੰਮ ਸੌਖਾ ਵੀ ਲੱਗੂਗਾ ਜਿੱਥੇ ਜਜ਼ਬਾ ਹੋਊਗਾ ਹੌਸਲਾ ਹੋਊਗਾ ਰੋਕੇ ਕੰਮ ਕਰਿਆ ਕਦੇ ਪੂਰਨੀ ਚੜਦਾ ਹੁੰਦਾ ਬਾਈ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਯਾਰ ਟਰਾਲਾ ਵੀ ਕਿੱਡਾ ਹੈ 13:30 ਹੈ ਤੇ ਲਗਭਗ ਆਲਮੋਸਟ ਭਰ ਦਿੱਤਾ ਬਾਈ ਨੇ ਤੇ ਲੱਡੂ ਬਾਈ ਆਜ ਜਿਹੜੇ ਵੀ ਆ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਐਵੇਂ ਕਰ ਦੇ ਕਿਉਂਕਿ ਇਹ ਤੇਰੀ ਮਿਹਨਤ ਹੈ ਯਾਰ ਤੈਨੂੰ ਜ਼ਰੂਰ ਯਾਨੀ ਕਿ ਲੋਕ ਕਮੈਂਟਸ ਰਾਹੀਂ ਯਾਰ ਕਹਿਣਗੇ ਹਨਾ ਵੀ ਯਾਰ ਵੱਖਰੇ ਆਪਣੇ ਹੈਗੇ ਨੇ ਐਵੇਂ ਦੇ ਬੰਦੇ ਵੀ ਜਿਹੜੇ ਮਿਹਨਤੀ ਨੇ ਮਨਕੀ ਨਹੀਂ ਖੰਦੇ ਆਪਦਾ ਹੱਕ ਸੱਚ ਦੀ ਕਮਾਈ ਖਾਂਦੇ ਨੇ ਬਾਈ ਤੇ ਤੁਸੀਂ ਦੇਖ ਸਕਦੇ ਹੋ ਬਾਈ ਬਾਈ ਦੇ ਬੰਦੇ ਨੇ ਬਹੁਤ ਸੌਖੇ ਤਰੀਕੇ ਨਾਲ ਯਾਨੀ ਕਿ ਆਪਦੇ ਦਿਲ ਤੋਂ ਹੌਸਲਾ ਈ ਈ ਵੱਡੀ ਚੀਜ਼ ਆ ਯਾਰ ਹਨਾ ਕਈ ਤਾਂ ਇਹੋ ਜਿਹੇ ਵੀ ਬੈਠੇ ਨੇ ਜਿਹੜਾ ਕਹਿੰਦਾ ਯਾਰ ਜੀ ਸੀ ਬੀ ਨਾਲ ਵੀ ਨਹੀਂ ਭਰੀ ਜਾਂਦੀ ਪਰ ਯਾਰ ਕਮਾਲ ਹੈ ਬਾਕੀ ਤੁਸੀਂ ਵੱਡਿਆਂ ਯਾਰ ਸਿਆਣਿਆਂ ਸਾਰੇ ਤੇ ਵੀਡੀਓ ਬਣਾਉਣ ਦਾ ਮੇਨ ਆ ਹੀ ਸੀਗਾ ਮੇਰਾ ਯਾਰ ਕਾਰਨ ਵੀ ਬਾਈ ਨੂੰ ਯਾਰ ਐਪਰੀਸ਼ੀਏਟ ਕਰੋ ਜਾਂ ਜੋ ਕੋਈ ਵੀਡੀਓ ਦੇਖ ਰਿਹਾ ਹੈ ਹਨਾ ਉਹਨੂੰ ਵੀ ਲੱਗੇ ਯਾਰ ਹਾਂ ਯਾਰ ਹਨਾ ਮਿਹਨਤ ਵਿੱਚ ਤੰਦਰੁਸਤੀ ਹੈ ਤੇ ਮੰਗਣ ਜਿਹੜੇ ਮੰਗ ਰਹੇ ਨੇ ਹਨਾ ਕਿਸ ਗੱਲ ਤੋਂ ਹੈ ਇੱਥੇ ਕਹਿੰਦਾ ਡੂੰਗਾ ਲਾਲਾ ਹਲਵੇ ਤੇਰਾ ਇੱਥੇ ਕੈਨੇਡਾ ਗੱਲਾਂ ਥੋੜੀਆਂ ਉਹ ਨੇ ਚਲੋ ਜਿਹੜੇ ਬਾਹਰ ਨੇ ਉਹਨਾਂ ਵੀਰਾਂ ਲਈ ਵੀ ਯਾਰ ਬਹੁਤ ਸਾਰਾ ਪਿਆਰ ਤੇ ਸਤਿਕਾਰ ਪਰਮਾਤਮਾ ਉਹਨਾਂ ਨੂੰ ਕੰਮ ਦਿਵਾਵੇ ਮਿਹਨਤਾਂ ਕਰਨ ਆਪਣੇ ਮੁਲਕ ਦਾ ਤੇ ਆਪਣੇ ਮਾਂ ਪਿਓ ਦਾ ਬਈ ਨਾਮ ਉੱਚਾ ਕਰਨ। ਇਹੀ ਜ਼ਿੰਦਗੀ ਆ ਭਰਾਵੋ। ਨਸ਼ਿਆਂ-ਨੁਸ਼ਿਆਂ ਚ ਕੁਥ ਨਹੀਂ ਰੱਖਿਆ ਤੇ ਆਪਣੀ ਟੌਰ ਨਾਲ ਜ਼ਿੰਦਗੀ ਜੀਓ। ਠੀਕ ਐ ਦੁੱਧ ਬਾਦ ਪੀਓ ਤੇ ਬਸ ਜੀਓ ਯਾਰ। ਜ਼ਿੰਦਗੀ ਬਹੁਤ ਹਸੀਨ ਐ ਬਾਈ ਜਿੱਥੇ ਵੀ ਹੋ ਤੁਸੀਂ ਰਹਿ ਰਹੇ ਹੋ ਨਾ ਜੇ ਤੁਹਾਡੇ ਅੰਦਰ ਹੌਂਸਲਾ ਐ ਠੀਕ ਐ ਤਾਂ ਤੁਸੀਂ ਬਾਈ ਰਾਜਿਓ ਆਪਣੀ ਆਪ ਚ ਰਾਜਿਓ ਜੇ ਤੁਹਾਡੇ ਅੰਦਰ ਹੌਸਲਾ ਨਹੀਂ ਹੈਗਾ ਤੁਸੀਂ ਟਹਿ ਗਏ ਕਿਉਂਕਿ ਕਿਸੇ ਨੇ ਕਿਹਾ ਵੀ ਜਦੋਂ ਮਕਾਨ ਟਹਿ ਜਾਂਦਾ ਨਾ ਤਾਂ ਤੁਸੀਂ ਨਾ ਟੋ ਤੁਸੀਂ ਨਾ ਟੁੱਟੋ ਕਿਉਂਕਿ ਲੋਕ ਉਹਦੀਆਂ ਇੱਟਾਂ ਵੀ ਨਹੀਂ ਛੱਡਦੇ ਠੀਕ ਹੈ ਇਸ ਕਰਕੇ ਬਾਈ ਉਤਾਰ ਚੜ੍ਹਾਵ ਜ਼ਿੰਦਗੀ ਦਾ ਹਿੱਸਾ ਜਿਵੇਂ ਹੁਣ ਮੌਸਮ ਠੰਡ ਦਾ ਆ ਗਿਆ ਹਨਾ ਇਹ ਸਭ ਚੱਲਦਾ ਰਹਿਣਾ ਦੋਸਤੋ ਬਸ ਹੌਸਲਾ ਨਹੀਂ ਕਦੇ ਡੇਗਣਾ ਯਾਰ ਲੱਡੂ ਬਾਈ ਹੌਸਲੇ ਦੀ ਗੱਲ ਯਾਰ ਹੁਣ ਮੈਂ ਥੋੜਾ ਹੋ ਗਿਆ ਸੀ ਵੀ ਮੈਂ ਹੌਸਲੇ ਦੀ ਗੱਲ ਦੱਸ ਦੇ ਬਈ ਜਦੋਂ ਦੇਖਿਆ ਤਾਂ ਤੈਨੂੰ ਐ ਜੀ ਤਾਂ ਹੋਇਆ ਬਈ ਯਾਰ ਮੈਂ ਐਡੀ ਟਰਾਲੀ ਭਰਨੀ ਐ ਲੈ ਬਈ ਹੈਂ ਅੱਛਾ ਹਾਂ ਬਾਕੀ ਯਾਰ ਬਹੁਤ ਸੋਹਣਾ ਕੰਮ ਕਰਿਆ ਲੱਡੂ ਤੂੰ ਠੀਕ ਐ ਲਾਸਟ ਤੇ ਫੇਰ ਸਤਿ ਸ੍ਰੀ ਅਕਾਲ ਬੁਲਾ ਦੇ ਇਹਨਾਂ ਨੂੰ ਆਪਣੇ ਬਾਈਆਂ ਨੂੰ ਚੌਣ ਵਾਲਿਆਂ ਨੂੰ ਸਾਰਿਆਂ ਨੂੰ ਦੋ ਹੌਸਲਾ ਦੇ ਜਨਾ ਨਾ ਆਪਾਂ ਹਾਂ ਉਹ ਉਹ ਕਿਵੇਂ ਹਾਂ ਹੌਸਲਾ ਦੇ ਕੇ ਬੰਦਾ ਹਾਂ ਕਿਆ ਬਾਤ ਹੈ ਪਰਨੀ ਭਰਨੀ ਆਪਾਂ ਨੇ ਮੈਨੂੰ ਪਤਾ ਜੇ ਭਰਨੀ ਆ ਹੌਸਲਾ ਡੇ ਗਿਆ ਬੰਦਾ ਫੇਰ ਥੋੜੀ ਭਰ ਦੇ ਦਾਂਗੀ ਹਾਂ ਇਹੀ ਤਾਂ ਗੱਲ ਹੈ ਬਾਈ ਲੱਡੂ ਚਲੋ ਹੋ ਇਹੀ ਤਾਂ ਗੱਲ ਹੈ ਬਾਈ ਚੱਲ ਆਸਤੇ ਸੱਸਰੀਕਾਰ ਸਾਰਿਆਂ ਨੂੰ ਆਪਦੇ ਆਪਣਾ ਬਣਾ ਦੇ ਜਿਹੜੇ ਜਿਹੜੇ ਤੈਨੂੰ ਦੇਖਣਗੇ ਲੱਡੂ ਹੈ ਲੱਡੂ ਹੈ ਸੱਸਰੀਕਾਰ ਵੀ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ ਸ਼ੁਕਰੀਆ ਜੀ